ਚੌਥੇ ਚਿੱਟ ਤੋਂ ਅੱਜ ਆਪਾਂ ਇਹ ਸ਼ਬਦ ਦੀ ਰੀਤ ਕਰਾਂਗੇ। ਚੌਥਾ ਚਿੱਟਾ ਮਤਲਬ ਪਹਿਲੇ ਕੜ ਦੇ ਹਿਸਾਬ ਨਾਲ ਗਾ ਸਵਰ ਹੈ, ਦਾਗੇ ਨਾਤੀ ਨਾਕੇ ਧਿੰਨਾ ਇਹ ਵਾਲਾ ਕਹਿਰਵੇ ਤਾਲ ਦਾ ਠੇਕਾ ਵੱਜੇਗਾ। ਸਭ ਮੈਂ ਸੱਚਾ ਇੱਕੋ ਸੋਈ, ਸਭ ਮੈਂ ਸੱਚਾ ਇੱਕੋ ਸੋਈ, ਕਿਸ ਕਾ ਕੀਆ ਸਭ ਕਛ ਹੋਈ, ਕਿਸ ਕਾ ਕੀ ਸਭ ਕਛ ਹੋਈ। ਸਭ ਮੈਂ ਸੱਚਾ ਇੱਕੋ ਸੋਈ, ਸਭ ਮੈਂ ਸੱਚਾ ਇੱਕੋ ਸੋਈ, ਇਸ ਕਾ ਕੀ ਸਭ ਕਛ ਹੋਈ, ਕਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਨੈ ਸੋਏ ਕੋ ਜਾਣੈ, ਬੰਦਾ ਕਹੀਏ ਸੋਈ, ਬੰਦਾ ਕਹੀਏ ਸੋਈ, ਬੰਦਾ ਕਹੀਏ ਸੋਈ, ਸਭ ਮੈਂ ਸੱਚਾ ਇੱਕੋ ਸੋਈ। ਸਭ ਮੈਂ ਸੱਚਾ ਇੱਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ, ਤਿਸ ਕਾ ਕੀਆ ਸਭ ਕਛ ਆਪਾਂ ਦੇਖਦੇ ਹਾਂ ਕਿ ਅੰਤਰਿਆਂ ਨੂੰ ਕਿਸ ਤਰ੍ਹਾਂ ਗਾਉਣਾ ਹੈ। ਸਭ ਬੰਦੇ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੌਣ ਭਲੇ ਕੋ
ਫਿਰ ਆਪਾਂ ਸਥਾਈ ਗਾਉਣੀ ਹੈ। ਹੁਣ ਆਪਾਂ ਦੇਖਦੇ ਹਾਂ ਅਗਲਾ ਅੰਤ। ਲੋਕਾ ਪਰਮ ਨਾ ਭੁੱਲੋ ਪਾਈ, ਪਰਮ ਨਾ ਭੁੱਲੋ ਪਾਈ, ਪਰਮ ਨਾ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਫਿਰ ਸਥਾਈ। ਹੁਣ ਅਗਲਾ ਅੰਤਰਾ ਦੇਖਦੇ ਹਾਂ। ਮਾਟੀ ਏਕ ਅਨੇਕ ਪਾਤ ਕਰ, ਸਾਜੀ ਸਾਜਨ ਹਾਰੇ, ਨਾ ਕਛ ਪੋਚ ਮਾਟੀ ਕੇ ਪਾਂਡੇ, ਨਾ ਕਛ ਪੋਚ ਕੁਮਾਰੇ, ਨਾ ਕਛ ਪੋਚ ਕੁਮਾਰੇ। ਫਿਰ ਆਪਾਂ ਸਥਾਈ ਗਾਉਣੀ ਹੈ। ਹੁਣ ਅਗਲਾ ਅੰਤਰਾ ਦੇਖਦੇ ਹਾਂ। ਅਲੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮਿੱਠਾ, ਗੁਰ ਗੁੜ ਦੀਨਾ ਮਿੱਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ, ਸਰਬ ਨਿਰੰਜਨ ਡੀਠਾ, ਸਭ ਮੈਂ ਸੱਚਾ ਇੱਕੋ ਸੋਈ, ਸਭ ਮੈਂ ਸੱਚਾ ਇੱਕੋ ਸੋਈ, ਕਿਸ ਕਾ ਕੀਆ ਸਭ ਕਛ ਹੋਈ, ਕਿਸ ਕਾ ਕੀ ਕਛ ਹੋਈ। ਹੁਕਮ ਪਛਾਨਾ ਸੋਏ ਕੋ ਜਾਣੇ, ਬੰਦਾ ਕਹੀਏ ਸੋਈ, ਬੰਦਾ ਕਹੀਏ ਸੋਈ, ਸਭ ਮੈਂ ਸੱਚਾ ਸਭ ਕਛੂ।